ਸਾਜਿਕਾ ਸਾਰਿਆਂ ਦਾ ਕੀ ਹਾਲ ਚਾਲ, ਸਵਾਗਤ ਹੈ ਇੱਕ ਹੋਰ ਗੱਲਾਂ ਬਾਤਾਂ ਦੇ ਰੋਮਾਂਚਕ ਪ੍ਰੋਗਰਾਮ ਦੇ ਵਿੱਚ। ਸੋ ਅੱਜ ਗੱਲ ਕਰਾਂਗੇ ਆਪਾਂ ਬਿਗ ਬੋਸ ਦੀ। ਬਿਗ ਬੋਸ ਯਾਰ ਬੜੇ ਲੋਕਾਂ ਦਾ ਫੇਵਰੇਟ ਹੈ, ਕਈਆਂ ਦਾ ਫੇਵਰੇਟ ਨਹੀਂ ਗਾ, ਕਈਆਂ ਨੇ ਕਿਸੇ ਗਲਤ ਬੰਦੇ ਨੂੰ ਸਪੋਰਟ ਕੀਤੀ, ਸਹੀ ਨੂੰ ਕੀਤੀ, ਲੈਟਰ ਪਟਰ ਸਾਰੀਆਂ ਗੱਲਾਂ ਖੋਲਾਂਗੇ। ਮਤਲਬ ਬਿਗ ਬੋਸ ਦੀ ਸਿਰਫ ਗੱਲ ਕਰਾਂਗੇ। ਅਤੇ ਇੱਕ ਆ ਅਭਿਸ਼ੇਕ ਦੀ ਮੰਮੀ ਦਾ ਵਲੋਗ ਚੈਨਲ ਹੈ, ਜਿਹਨੂੰ ਨਹੀਂ ਪਤਾ ਤਾਂ ਮੈਂ ਦੱਸਦਾ, ਸ਼ਾਊਟ ਆਊਟ ਦੇ ਦੇਵਾਂ। ਸੋ ਆਪਾਂ ਵਲੋਗ ਵੇਖਾਂਗੇ, ਅਭਿਸ਼ੇਕ ਵਾਕਈ ਠੀਕ ਹੋ ਗਿਆ। ਸੋ ਮੈਂ ਬਿਗ ਬੋਸ ਕਦੇ ਵੇਖਿਆ ਤਾਂ ਨਹੀਂ, ਪਰ ਮੈਂ ਇੱਕ ਚੀਜ਼ ਨੋਟ ਕੀਤੀ ਵੀ ਗਾਂਹ ਤੋਂ ਵੇਖਣਾ ਜ਼ਰੂਰ ਚਾਹੀਦਾ। ਕਿਉਂ? ਆਪਣੀ ਕਿਹੜਾ ਪਰਸਨਲ ਦੁਸ਼ਮਣੀ ਹੈ ਕੋਈ, ਹੈ ਨਾ? ਕੋਈ ਆਉਂਦਾ ਆਵੇ, ਇੱਕ ਬੰਦਾ ਮਾੜਾ, ਸਾਰੇ ਤਾਂ ਨਹੀਂ ਮਾੜੇ। ਕਿਉਂਕਿ ਨਾ ਬੜੇ ਯੂਟਿਊਬਰਾਂ ਨੇ ਕੰਟੈਂਟ ਬੜਾ ਇਕੱਠਾ ਕੀਤਾ ਬਿਗ ਬੋਸ ਤੋਂ, ਕਿਉਂਕਿ ਜਦੋਂ ਤਗੇਸ਼ ਅਰਗ ਤਾਂ ਸਾਰੀ ਦਿਹਾੜੀ ਬਿਗ ਬੋਸ 'ਤੇ, ਇੰਨੇ ਛੇਤੀ ਤਾਂ ਮੇਰੇ ਰੋਮਾਂਚਕ ਪ੍ਰੋਗਰਾਮ ਨਹੀਂ, ਜਿੰਨੀ ਛੇਤੀ ਰੋਸਟ ਪਾ ਹੁੰਦਾ ਉਹ ਬੰਦਾ। ਸੋ ਮੈਂ ਸੋਚਿਆ ਯਾਦ ਵੀ ਕਰਨ ਲੱਗ ਗਿਆ, ਬਿਗ ਬੋਸ ਵਾਲੇ ਕਿਤੇ ਬੁਲਾਉਣ ਤਾਂ ਲੱਗੇ ਮੈਨੂੰ, ਜੇ ਚਲੋ ਉਹ ਤਾਂ ਯਾਰ ਅੱਡ ਹੁੰਦੀ ਆ, ਪਰ ਮਨ ਵਾਲੇ 1% ਕੱਲ੍ਹ ਨੂੰ ਮੈਨੂੰ ਬੁਲਾਇਆ ਨਾ, ਆਪਾਂ ਤਾਂ ਗੰਦ ਹੀ ਪੈਣਾ, ਬਸ ਖਲਾਰਾ ਪਾ ਦੇਣਾ ਬਿਗ ਬੋਸ 'ਚ। ਸੋ ਆਓ ਬਿਗ ਬੋਸ ਦੀਆਂ ਦੋ ਚਾਰ ਗੱਲਾਂ ਬਾਤਾਂ ਕਰੀਏ ਅਤੇ ਅਭਿਸ਼ੇਕ ਦਾ ਵਲੋਗ ਵੇਖੀਏ। ਮੈਂ ਵੇਖਿਆ ਤਾਂ ਨਹੀਂ, ਪਰ ਰੀਲਾਂ ਵੇਖ ਕੇ ਹਰੇਕ ਚੀਜ਼ ਪਤਾ ਲੱਗ ਜਾਂਦੀ, ਰੀਲਾਂ 'ਤੇ ਟ੍ਰੈਂਡ ਬਹੁਤ ਚੱਲਿਆ, ਖਬਰਾਂ ਬਹੁਤ ਛਪੀਆਂ, ਸਭ ਕੁਛ ਪਤਾ ਲੱਗ ਜਾਂਦਾ, ਹੈ ਨਾ ਬਿਗ ਬੋਸ ਦਾ ਕੀ ਚੱਲੀ ਜਾਂਦਾ, ਬਿਗ ਬੋਸ 'ਚ ਕੀ ਨਹੀਂ, ਜਾਂ ਬਿਗ ਬੋਸ ਦੇ ਸੀਨ ਕੱਟ ਕੱਟ ਕੇ ਜਨਤਾ ਰੀਲਾਂ ਸਿੱਟੀ ਜਾਂਦੀ ਹੈ ਯੂਟਿਊਬ 'ਤੇ। ਮੈਂ ਐਪ ਤਾਂ ਕਦੇ ਖੋਲ੍ਹੀ ਨਹੀਂ ਹੋਇਆ ਕਹਾਂ ਮੈਂ, ਪਰ ਗਾਂਹ ਤੋਂ ਆਪਾਂ ਜ਼ਰੂਰ ਵੇਖਾਂਗੇ ਬਿਗ ਬੋਸ ਜਿਹੜਾ ਸੀਜ਼ਨ ਆਊਗਾ, ਟੀਵੀ 'ਤੇ ਆਊਗਾ ਜਾਂ ਇੱਥੇ ਜਿੱਥੇ ਵੀ ਆਊਗਾ, ਕਿਉਂਕਿ ਰੋਮਾਂਚਕ ਕਰਾਂਗੇ ਨਾ ਫਿਰ ਅਤੇ ਰੋਸਟ ਵੀ ਕਰਾਂਗੇ। ਸੋ ਹਾਂ, ਸੋ ਆਓ ਸ਼ੁਰੂ ਕਰੀਏ, ਵੇਖੀਏ ਗੱਲਾਂ ਬਾਤਾਂ ਦਾ ਰੋਮਾਂਚਕ ਪ੍ਰੋਗਰਾਮ। ਅਭਿਸ਼ੇਕ ਦਾ ਵਲੋਗ, ਬਿਗ ਬਾਸ, ਬਿਗ ਬਾਸ, ਬਿਗ ਬੋਸ ਬੜੀ ਹਾਈਪ ਕ੍ਰੀਏਟ ਕਰਤੀ। ਵੈਸੇ ਕਹਿੰਦੇ ਇੰਨਾ ਕੁਛ, ਇੰਨਾ ਲੋਕਾਂ ਨੂੰ ਕੀੜਾ ਹੋਇਆ ਨਹੀਂ ਜਿੰਨਾ ਇਸ ਵਾਰੀ ਕੀੜਾ ਹੋਇਆ ਬਿਗ ਬੋਸ ਦਾ, ਕਿਉਂਕਿ ਯੂਟਿਊਬ ਕਮਿਊਨਿਟੀ ਸੀ, ਦੋ ਤਿੰਨ ਬੰਦੇ ਸੀ ਵਿੱਚ, ਹੈ ਨਾ? ਦੋ ਜਣੇ ਸੀਗੇ, ਇੱਕ ਉਹ ਰੀਲਾਂ ਵਾਲੀ ਆਸ਼ਿਕਾ ਸੀ, ਮਨੀਸ਼ਾ ਵੀ ਰੀਲਾਂ ਵਾਲੀ ਸੀ। ਮਤਲਬ ਹੈ ਪਾਵਰ ਯਾਰ ਯੂਟਿਊਬ ਕਮਿਊਨਿਟੀ 'ਤੇ ਰੀਲਾਂ ਵਾਲਿਆਂ 'ਚ ਵਾਕਈ, ਅਤੇ ਚਾਹੀਦਾ ਵੀ ਸੀ, ਪਰ ਕਮਿਊਨਿਟੀ 'ਚ ਲੋਕ ਕਹਿੰਦੇ ਤਾਂ ਵੀ ਯੂਟਿਊਬ ਕਮਿਊਨਿਟੀ 'ਚ ਉਹ ਆ ਗਿਆ, ਬਿਗ ਬੋਸ ਟਰੋਫੀ ਆ ਗਈ, ਯੂਟਿਊਬ ਕਮਿਊਨਿਟੀ 'ਚ ਕੋਈ ਜਿੱਤ ਗਿਆ, ਪਰ ਇਹਨਾਂ ਨੂੰ ਅੰਦਰ ਖਾਤੇ ਇਹ ਨਹੀਂ ਪਤਾ ਯੂਟਿਊਬ ਕਮਿਊਨਿਟੀ ਤੋੜ ਵੀ ਗਿਆ ਤੁਹਾਡਾ ਬਿਗ ਬੋਸ, ਅੱਧੇ ਤੋਂ ਜ਼ਿਆਦਾ ਕਮਿਊਨਿਟੀ ਟੁੱਟ ਗਈ। ਕਿਉਂਕਿ ਯਾਰ ਦੇਖੋ ਹੁਣ ਦੋਨੇ ਯਾਰ ਮਿੱਤਰ ਸੀ ਸਾਰੇ ਯੂਟਿਊਬਰਾਂ ਦੇ, ਜਿਹੜੇ ਉੱਧਰਲੇ ਹੈਗੇ ਹਿੰਦੀ ਵਾਲੇ, ਹੈ ਨਾ? ਸੋ ਦੋਨਾਂ ਨੂੰ ਸਪੋਰਟ ਕਰਨੀ ਤਾਂ ਔਖੀ ਸੀ, ਫਿਰ ਕਿਸੇ ਨੂੰ ਆਪਸ 'ਚ ਵੰਡੇ ਗਏ, ਅਤੇ ਟ੍ਰਿਗਰ ਨਿਸ਼ਾਨ ਇਕੱਲਾ ਹੀ ਵਿਚਾਰਾ ਜ਼ੋਰ ਲਾ ਜਾਂਦਾ ਸੀ, ਉਹਦੇ ਨਾਲ ਦੋ ਤਿੰਨ ਯੂਟਿਊਬਰ ਸੀ, ਬਾਕੀ ਸਾਰੇ ਉੱਧਰ ਸੀਗੇ, ਹੈ ਨਾ? ਦੂਜੇ ਪਾਸੇ ਐਲਵੀ ਸ਼ਾਲੇ, ਅਤੇ ਕੰਮ ਰੋਂਗ ਸੀਗਾ ਇਹ। ਸੋ ਆਪਸ 'ਚ ਪਰ ਇੱਕ ਗੱਲ ਹੈ, ਟ੍ਰਿਗਰ ਇਨਸਾਨ ਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਨਾਲ ਖੜਨ ਵਾਲਾ ਕੌਣ ਹੈ ਅਤੇ ਕੌਣ ਵਾਲਾ ਨਹੀਂ ਖੜਨ ਵਾਲਾ, ਹੈ ਨਾ? ਹੁਣ ਜਿਵੇਂ ਸੌਰਵ ਜੋਸ਼ੀ ਵਰਗਾ ਹੈ, ਟ੍ਰਿਗਰ ਇਨਸਾਨ ਨੂੰ ਕਿੰਨੇ ਰੇ ਮਿਲਿਆ, ਫੋਕਰ ਇਨਸਾਨ ਨਾਲ ਬਹੁਤ ਵੀਡੀਓ ਬਣਾਈਆਂ ਉਹਨੇ, ਦੋ ਦੋ ਸਾਲ ਪਹਿਲਾਂ ਦੀ ਵੀਡੀਓ ਵੀ ਵੇਖੀ ਆ, ਅੱਜ ਮੈਂ ਚੈਲੰਜ ਵਾਲੀ ਵੀਡੀਓ ਬਣਾਈ ਹੋਈ ਆ, ਪਰ ਸਪੋਰਟ ਟੈਲੀਵਿਜ਼ਨ ਨੂੰ ਕਰੀ ਜਾਂਦਾ ਸੀ ਉਹ, ਇਹਨੂੰ ਵੀ ਕਰੀ ਜਾਂਦਾ ਸੀ, ਅੰਦਰ ਖਾਤੇ ਉੱਧਰ ਸੀ, ਪਤਾ ਲੱਗੀ ਜਾਂਦਾ ਸੀਗਾ, ਬਹੁਤ ਬਹੁਤ ਯੂਟਿਊਬਰ ਹੈਗੇ ਜਿਹੜੇ ਐਂ ਕਰੀ ਜਾਂਦੇ ਸੀ, ਪਰ ਹਰੇਕ ਯੂਟਿਊਬਰ ਦੇ ਹੁਣ ਰੰਗ ਪਤਾ ਲੱਗ ਗਿਆ, ਹੈ ਨਾ? ਕਮਿਊਨਿਟੀ ਨੂੰ ਤੋੜ ਗਏ, ਵੈਸੇ ਸਹੀ ਦੱਸਾਂ ਮੈਂ, ਬਿਗ ਬੋਸ ਬਹੁਤ ਦਿਮਾਗ ਲਾ ਗਿਆ, ਕਮਿਊਨਿਟੀ 'ਚ ਟਰੋਫੀ ਦੇ ਕੇ ਕਮਿਊਨਿਟੀ ਨੂੰ ਅੱਧੀ ਨੇ ਤੋੜ ਵੀ ਗਿਆ, ਦੋ ਟੋਟੇ ਕਰ ਗਿਆ। ਆਓ ਸ਼ੁਰੂ ਕਰੀਏ, ਚਲੋ। ਸੋ ਗਾਇਸ, ਵਟਸਐਪ ਅਭੀ ਹਮਾਰਾ ਵਟਸਐਪ, ਆਂਟੀ ਜੀ ਵਟਸਐਪ, ਨੋ ਆਂਟੀ ਜੀ, ਨੋ ਵਟਸਐਪ, ਓਨਲੀ ਸਨੈਪਚੈਟ ਐਂਡ ਫੇਸਬੁੱਕ। ਅੱਛਾ, ਇਹ ਵਿਚਾਰਾ ਮੈਂ ਸੁਣਿਆ ਬਿਗ ਬੋਸ ਤੋਂ ਥੋੜ੍ਹੇ ਦਿਨ ਪਹਿਲਾਂ ਬਿਮਾਰ ਹੋ ਗਿਆ ਸੀਗਾ, ਇੱਕ ਦੋ ਦਿਨ ਪਹਿਲਾਂ ਪਤਾ ਨਹੀਂ, ਐਂ ਜੇ ਬਿਮਾਰ ਹੋ ਗਿਆ ਸੀ। ਵੈਸੇ ਇੱਕ ਚੱਕਰ ਹੈ, ਪਤਾ ਕੀ ਹੈ, ਹੇਟ ਵੀ ਪੈਣ ਲੱਗ ਜਾਂਦੀ ਹੈ, ਸਭ ਕੁਛ ਹੋਣ ਲੱਗ ਜਾਂਦਾ। ਸਟੋਰੀ ਮੈਨੂੰ ਸਾਰੀ ਪਤਾ, ਮੈਂ ਅੱਗੇ ਇੱਕ ਬਿਗ ਬੋਸ ਵਾਲਾ ਰੋਸਟ ਬਣਾਇਆ ਸੀ, ਉਦੋਂ ਵੀ ਮੈਨੂੰ ਮੇਰੇ ਯਾਰ ਦੋਸਤ ਨੇ ਸਟੋਰੀ ਦੱਸੀ ਸੀ, ਆਹ ਸਟੋਰੀ, ਆਹ ਬੰਦੇ ਦਾ ਕਰੈਕਟਰ, ਪਰ ਹੁਣ ਤਾਂ ਰੀਲਾਂ ਵੇਖੀ ਪਤਾ ਲੱਗ ਗਿਆ, ਹੈ ਨਾ? ਸੋ ਕੰਮ ਔਖਾ ਹੋ ਗਿਆ, ਅਤੇ ਇਹ ਬਿਮਾਰ ਹੋ ਗਿਆ, ਅਤੇ ਉੱਤੋਂ ਇਹਦੀ ਇੱਕ ਗਲਤੀ ਕਰਕੇ ਇਹਦੀ ਫੈਨ ਬੇਸ ਵੀ ਬਹੁਤ ਟੁੱਟੀ ਆ। ਪਰ ਲੋਕ ਹੇਟ ਬਹੁਤ ਕਰਦੇ ਯਾਰ ਕਿਸੇ ਤੋਂ, ਪਤਾ ਨਹੀਂ ਲੋਕ ਕਿਉਂ ਜਿੱਦਣ ਲੱਗ ਜਾਂਦੇ, ਜਿਹੜਾ ਜਿੱਤ ਗਿਆ ਸੋ ਜਿੱਤ ਗਿਆ, ਜਿਹੜਾ ਵੇਖ ਚੀਜ਼ ਵੇਖੀਏ, ਜਿੰਨੇ ਬਿਗ ਬੋਸ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਏ ਆ, ਜਿਹੜਾ ਬੰਦਾ ਜਿੱਤਦਾ ਉਹਦੇ ਤਾਂ ਫੋਲੋਅਰ ਸਭ ਕੁਛ ਵੱਧਦਾ ਹੀ ਵੱਧਦਾ, ਜਿਹੜਾ ਸੈਕਿੰਡ ਨੰਬਰ 'ਤੇ ਨਾ ਰਨਰ ਅਪ ਕਹਿੰਦੇ ਜਿਹਨੂੰ ਆਪਾਂ, ਉਹਨੂੰ ਲੋਕ ਕਹੀ ਜਾਣਗੇ ਜੀ ਡਿਜ਼ਰਵਿੰਗ ਥਾ, ਹੀ ਡਿਜ਼ਰਵ ਇਟ, ਨਹੀਂ ਗਲਤ ਟਰੋਫੀ ਦੇ ਦੀ, ਅਗਰ ਉਹਨੂੰ ਦੇ ਦਿੰਦੇ ਫਿਰ ਦੂਜੇ ਨੂੰ ਕਹਿ ਦਿੰਦੇ ਡਿਜ਼ਰਵ, ਮਤਲਬ ਚੱਲਦਾ ਹੈ ਡਿਫਰੈਂਟ ਡਿਫਰੈਂਟ ਕੰਮ। ਮਸਾਂ ਹਸਪੀਟਲ ਮੇ ਐਡਮਿਟ ਹੈ, ਦੇਖ ਲਾ ਬਿਗ ਬੋਸ ਔਖਾ ਕਰ ਗਿਆ ਇਹਨੂੰ, ਅੰਦਰ ਅੰਦਰ ਹੀ ਟੈਨਸ਼ਨ ਖਾ ਗਈ ਸੀ ਵੀ ਐਲਵੀ ਜਿੱਤੀ ਜਾਂਦਾ, ਅਤੇ ਕੰਮ ਔਖਾ ਹੋਣ ਲੱਗ ਗਿਆ ਸੀ, ਇਹਦਾ ਸਹੀ ਮਾਇਨੇ 'ਚ ਤਾਂ ਟੈਨਸ਼ਨ ਨਾਲ ਬਿਮਾਰ ਵੀ ਹੋਇਆ, ਅਤੇ ਇਹਨੂੰ ਡੇਂਗੂ ਵੀ ਹੋ ਗਿਆ ਸੀਗਾ। ਪਰ ਮੈਂ ਸੁਣਿਆ ਵੀ ਬੰਦਾ ਬਹੁਤ ਵਧੀਆ ਖੇਡਿਆ, ਡਿਜ਼ਰਵ ਕਰਦਾ ਸੀ ਟਰੋਫੀ, ਕਿਉਂਕਿ ਸ਼ੁਰੂ ਤੋਂ ਖੇਡਿਆ। ਚਲੋ ਇਹਨਾਂ ਸਾਰੀ ਗੇਮ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੇਰੇ ਹਿਸਾਬ ਨਾਲ ਤਾਂ ਫਿਕਸ ਹੁੰਦੀ ਹੈ, ਕਿਉਂਕਿ ਇਹਦੀ ਮੰਮੀ ਰੁਕੀ ਸੀਗੀ ਇੱਕ ਦਿਨ ਘਰੇ, ਹੋਰ ਕਿਸੇ ਦੇ ਘਰ ਦਾ ਕੋਈ ਨਹੀਂ ਰੁਕਿਆ, ਹੈ ਨਾ? ਬਿਗ ਬੋਸ ਨੇ ਰੁਕਾਈ ਸੀ, ਫਿਰ ਉਹ ਵੀ ਸੀ ਗੱਲ, ਗੱਲਾਂ ਵੱਧ ਹੋਣੀ ਸੀ, ਗੱਲ ਨਿਕਲੀ ਸੀ, ਉਹਨੇ ਦੱਸਤਾ ਮੈਂ ਡਿਜ਼ਰਵਿੰਗ ਨਹੀਂ ਕਰਦਾ ਉਹਨੂੰ, ਵਿਨਰ ਵੁਨਰ ਨਹੀਂ ਮੰਨਦਾ, ਇਹ ਜੇ ਕੋਈ ਗੱਲ ਕਹੀ ਸੀ, ਜਿਹਦੇ ਕਰਕੇ ਸਾਰਾ ਰੌਲਾ ਸ਼ੁਰੂ ਹੋ ਗਿਆ ਸੀ, ਖਤਮ ਹੋ ਗਿਆ ਕਿ ਸ਼ੁਰੂ ਹੋ ਗਿਆ ਸੀਗਾ। ਸੋ ਇਹ ਬਿਗ ਬੋਸ 'ਚ ਬੜਾ, ਇੱਕ ਦੂਜੇ ਦੀ ਚੁਗਲੀ ਕਰ ਲਓ, ਇੱਥੇ ਬਹਿ ਕੇ ਦੂਜੇ ਬੰਦੇ ਦੀ ਕਰ ਲਓ, ਅਤੇ ਦੂਜੇ ਬਾਅਦ 'ਚੋਂ ਐਂਡ 'ਤੇ ਆਉਂਦਾ ਹੁੰਦਾ ਸਨਮਾਨ ਖਾਨ, ਜਿੱਦਾਂ ਸ਼ਨੀਵਾਰ ਕਿ ਐਤਵਾਰ, ਹੈ ਨਾ?
ਉਹਦੇ ਉਹ ਸਾਰਾ ਸੁਣਾ ਦਿੰਦਾ ਵੀ ਤੇਰੇ ਬਾਰੇ ਇਹਨੇ ਆਹ ਬੋਲੇ ਅਤੇ ਆਹ ਬੋਲੇ, ਇਹ ਤਾਂ ਆਪਸ 'ਚ ਕਲੇਸ਼ ਪਾਉਣ ਵਾਲਾ ਕੰਮ ਹੀ ਆ। ਵੈਸੇ ਕਮਾਲ ਦੀ ਗੱਲ ਨਾ, ਐਡੇ ਵਧੀਆ ਵਧੀਆ ਸੈਲੀਬ੍ਰਿਟੀ ਹੋ ਕੇ ਵੀ ਉਸ ਘਰ 'ਚ ਆਂਡਿਆਂ ਪਿੱਛੇ ਲੜੀ ਜਾਣਗੇ, ਕੋਈ ਬ੍ਰੈਡਾਂ ਪਿੱਛੇ ਲੜ ਪੈਂਦਾ, ਕੋਈ ਕਿਸੇ ਦਹੀਂ ਪਿੱਛੇ ਲੜ ਪੈਂਦਾ। ਇਹ ਤਾਂ ਛੋਟੇ ਹੁੰਦੇ ਲੜਦੇ ਹੁੰਦੇ ਸੀ ਅਸੀਂ, ਇਹ ਲੜਾਈ ਤਾਂ ਹੁਣ ਸਾਡੇ ਵੀ ਨਹੀਂ ਹੁੰਦੀ। ਚਲੋ ਕਹੀਂ ਵੀ ਲੈ ਜਾਓ, ਬਿਗ ਬੋਸ ਕੰਮ ਵੈਸੇ ਔਖਾ ਹੀ ਹੈ, ਕਹਿੰਦੇ ਸਕ੍ਰਿਪਟਡ ਨਹੀਂ ਹੁੰਦਾ ਬਈ, ਇਹ ਸੱਚੀ ਚੀਜ਼ ਆ। ਪਰ 2 ਮਹੀਨੇ ਬਿਨਾਂ ਫੋਨ ਤੋਂ ਰਹਿਣਾ, 2-3 ਮਹੀਨੇ ਟੀਵੀ ਦੇ, 3-4 ਮਹੀਨੇ ਦਾ ਹੁੰਦਾ, ਇੱਥੇ 2-2.5 ਮਹੀਨੇ ਅਸੀਂ ਸ਼ਾਇਦ। ਕੀ ਯਾਰ ਸ਼ੋਅ ਵੈਸੇ ਕਾਫੀ ਵੱਡਾ ਬਣ ਗਿਆ ਸਰ, ਯੂਟਿਊਬਰ ਗਏ ਨਾ, ਪਤਾ ਲੱਗ ਗਿਆ ਬਿਗ ਬੋਸ ਦੀ ਵੈਲਿਊ ਬਾਕੀ ਹੈ। ਅੱਗੇ ਤਾਂ ਫਾਲਤੂਆਂ ਵਾਲਾ ਕੰਮ, ਪਰ ਇੱਕ ਚੀਜ਼ ਆ ਯਾਰ, ਜਿੰਨੇ ਬਿਗ ਬੋਸ ਵੇਖਦੇ ਆ ਜਾਂ ਜਿੰਨੇ ਬਿਗ ਬੋਸ ਖੇਡ ਆਏ ਆ ਜਾਂ ਜਿੰਨੇ ਬਿਗ ਬੋਸ 'ਚ ਜਾਣ ਦਾ ਸੁਪਨਾ ਜੋ ਵੀ ਹੈ, ਮੈਨੂੰ ਇੱਕ ਗੱਲ ਦੱਸੋ, ਜਦੋਂ ਕਿਸੇ ਦੀ ਲੜਾਈ ਹੁੰਦੀ ਹੈ ਤਾਂ ਉਹਦੀ ਸੁਣ ਵੀ ਲਿਆ ਕਰੋ ਨਾ, ਚੀਂਚੀ ਜੀ ਵਾਂਗੂ ਸਾਰੇ ਜਣੇ ਕਿਉਂ ਕਾਂ ਰੋਲੀ ਪਾਉਣੇ ਹੁੰਦੇ? ਇਹ ਕੀ ਚੱਕਰ ਹੈ ਬਿਗ ਬੋਸ 'ਚ, ਮੈਨੂੰ ਸਮਝ ਨਹੀਂ ਆਉਂਦਾ। ਕੀ ਤੁਹਾਨੂੰ ਸਕ੍ਰਿਪਟ 'ਚ ਲਿਖਿਆ ਹੁੰਦਾ ਜਦੋਂ ਕੋਈ ਤੁਹਾਡੇ ਸਾਹਮਣੇ ਬੋਲੇ ਤਾਂ ਕੁੱਤੇ ਵਾਂਗੂ ਪੈ ਜਾਓ ਉਹਦੇ? ਕੀ ਚੱਕਰ ਕੀ ਹੁੰਦਾ? ਮਤਲਬ ਮੈਂ ਨਹੀਂ ਕੋਈ ਲੜਦਾ ਵੇਖਿਆ ਕਿ ਉਹ ਬੋਲੀ ਜਾਂਦਾ ਸਾਹਮਣੇ ਲੜਦਾ, ਮੈਂ ਚੁੱਪ ਰਹਾਂ, ਠੀਕ ਆ ਯਾਰ ਅਗਲਾ ਬੋਲੂਗਾ ਜਦੋਂ ਚੁੱਪ ਰਹੂਗਾ ਮੈਂ ਬੋਲ ਦੂੰਗਾ। ਤੂੰ ਨੇ ਕੀ ਆ, ਤੂੰ ਨੇ ਕੀ ਆ, ਇਹ ਇੱਕ ਚੀਜ਼ ਦੇ ਰੱਟ ਲਗਾਈ ਰੱਖਣਗੇ ਬਸ, ਇਹ ਤਾਂ ਕੰਮ ਗਣਾ ਮੁਸ਼ਕਿਲ ਲੱਗ ਗਿਆ ਮੈਨੂੰ। ਘਰ ਤੋਂ ਡਾਕਟਰ ਕੇ ਕਹਿਣ ਪਈ ਜਾਏਂਗੇ ਇਹਨਾਂ ਦੇ ਘਰ 'ਚ? ਸਰ ਮੱਲਨ ਸਾਹਿਬ ਹੀ ਹੈ ਜਿਹੜੇ ਯੂਟਿਊਬ 'ਤੇ ਨਹੀਂ ਹੈਗੇ, ਬਾਕੀ ਸਾਰੇ ਆ। ਟ੍ਰਿਗਰ ਨਿਸ਼ਾਨ ਨੇ ਬੜੇ ਟਾਈਮ ਪਹਿਲਾਂ, ਅੱਜ ਤੋਂ 4-5 ਸਾਲ ਪਹਿਲਾਂ ਮੈਨੂੰ ਰੋਸਟ ਕੀਤਾ ਸੀ। ਮਤਲਬ ਮੇਰੀ ਇੱਕ ਕਲਿੱਪ ਸੀਗੀ ਟਿਕਟੋਕ 'ਤੇ, ਮੈਂ ਵੀਡੀਓ ਬਣਾਈ ਸੀ ਉਦੋਂ, ਅਤੇ ਟ੍ਰਿਗਰ ਨਿਸ਼ਾਨ ਨੇ ਰੋਸਟ 'ਚ ਪਾਈ ਸੀ। ਉਦੋਂ ਮੈਨੂੁੰ ਪਤਾ ਲੱਗਿਆ ਟ੍ਰਿਗਰ ਨਿਸ਼ਾਨ ਰੋਸਟ ਹੈਗਾ ਕੋਈ। ਅੱਛਾ देखो मैं फोन पे किससे बात कर रहा हूँ, शेर से। शेर 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 अकेला आता है या अकेला शेर है? ये मेरा शेर है। कितने टाइम बाद सही गल है, ये वीडियो बहुत वायरल हुई है, मैं इनू टैग करके स्टोरी भी पाई सी ट्रिगर्ड इंसान नू, एदी स्टोरी मैं वायरल ओ कीती सी अपलोड। ते ਇਹ ਇਕੱਲਾ ਬੰਦਾ ਹੀ ਸੀ ਜਿਹੜਾ ਖੜਾ ਸੀ ਇਹਦੇ ਨਾਲ, ਬਾਕੀ ਸਾਰੀ ਯੂਟਿਊਬ ਕਮਿਊਨਿਟੀ ਉੱਧਰ ਸੀ। ਅਤੇ ਆਪਸ 'ਚ ਨਾ ਜਨਤਾ ਲੜਨ ਲੱਗ ਜਾਂਦੀ, ਗਾਲੋ ਗਾਲੀ ਬਾਲਾ ਹੁੰਦੀ ਹੈ। ਕਿਸੇ ਨੂੰ ਸਪੋਰਟ ਕਰੋ ਪਰ ਦੂਜੇ ਬੰਦੇ ਨੂੰ ਹੇਟ ਤਾਂ ਨਾ ਕਰੋ। ਨਹੀਂ ਪਸੰਦ ਲੈ ਯਾਰ, ਹੇਟ ਗਈ ਤੇਰੇ ਵਾਸਤੇ, ਚੱਲ ਠੀਕ ਆ ਅਸੀਂ ਤੈਨੂੰ ਸਪੋਰਟ ਨਹੀਂ ਕਰਦੇ, ਅਸੀਂ ਇਹਨੂੰ ਸਪੋਰਟ ਕਰਦੇ ਹਾਂ। ਪਰ ਜਨਤਾ ਆਪਸ 'ਚ ਹੀ ਬਹੁਤ ਲੜਦੀ ਹੈ, ਗਾਲੋ ਗਾਲੀ ਹੁੰਦੀ ਹੈ। ਹੁਣ ਇਹ ਕਿਤੇ ਆਉਂਦਾ ਜਾਂਦਾ ਵੀ ਇਹਨੂੰ ਐਲਵੀ ਦੇ ਡਾਇਲੋਗ ਬੋਲੀ ਦੇ ਸਿਸਟਮ ਵਾਲੇ, ਤਾਂ ਕੰਮ ਔਖਾ ਹੋ ਜਾਂਦਾ। ਮਤਲਬ ਲੋਕਾਂ ਦੇ ਭਾਣੇ ਤੋਂ ਮਜ਼ਾਕ ਆ, ਪਰ ਯਾਰ ਉਹ ਵਿਚਾਰਾ ਪਿਆ ਹੋਣਾ ਬੈੱਡ 'ਤੇ, ਸੋ ਇਹ ਕੰਮ ਔਖਾ। ਪਰ ਇੱਕ ਚੀਜ਼ ਇਹ ਹੈ ਕਿ ਇਹ ਚੀਜ਼ਾਂ ਥੋੜ੍ਹੇ ਟਾਈਮ ਦੀਆਂ ਹੁੰਦੀਆਂ, ਟ੍ਰੈਂਡ ਆ, ਹੋਰ 10 ਦਿਨਾਂ ਦੀ ਹੋਰ ਖੇਡ, ਉਦੋਂ ਬਾਅਦ ਸਭ ਕੁਛ ਨੋਰਮਲ ਹੋ ਜਾਣਾ। ਭਾਈ ਭਾਈ ਕੋ ਦੇਖ ਰਹਾ ਕਿਤਨੇ ਦੇਖੋ, ਮੈਨੂੰ ਕਿੰਨੇ ਸੀਜ਼ਨ ਆ ਗਏ ਯਾਰ, ਸਾਰੇ ਜਿੱਜ ਤੱਕ ਚੱਲ ਗਏ, ਸਾਰੇ ਕ੍ਰੀਏਟਰ ਇੱਕ ਤਰਫ ਖੜੇ ਹੋ ਜਾਏ। ਮੇਰੇ ਪਾਸ ਇੱਕ ਮੇਰਾ ਮੈਂ ਇੱਕ ਮੈਨੂੰ ਇਹ ਵੀ ਆਖਦੇ ਆ ਕਿ ਤੂੰ ਪਹਿਲਾਂ ਵੀਡੀਓ ਪਲੇ ਕਰਿਆ ਕਰ, ਉਹਨਾਂ ਦੀ ਫਿਰ ਬੋਲਿਆ ਕਰ। ਹਾਂ ਮੈਂ ਗੱਲ ਦੱਸਦਾ, ਮੈਂ ਬਿਗ ਬੋਸ ਦਾ ਨਾਮ ਉਦੋਂ ਸੁਣਿਆ ਸੀ ਜਦੋਂ ਸਿਧਾਰਥ ਸ਼ੁਕਲਾ ਆਇਆ ਸੀ ਬਿਗ ਬੋਸ 'ਚ। ਉਦੋਂ ਮੇਰਾ ਯਾਰ ਦੋਸਤ ਬੜਾ ਵੇਖਦਾ, ਉਦੋਂ ਮੈਂ ਦੱਸਦਾ ਹੁੰਦਾ ਸੀ ਸ਼ੁਕਲਾ ਹੈਗਾ, ਐਂ ਕਰਦਾ ਐਂ ਕਰਦਾ। ਬਾਅਦ 'ਚ ਉਹਦੀ ਡੈਥ ਵੀ ਹੋ ਗਈ ਸੀ, ਉਦੋਂ ਮੈਨੂੰ ਸਹੀ ਬਿਗ ਬੋਸ ਬਾਰੇ ਪਤਾ ਲੱਗਿਆ ਸੀ। ਪਹਿਲਾਂ ਤਾਂ ਨਾ ਕਹਿੰਦੇ ਮੈਂ ਉਸ ਤੋਂ ਪਹਿਲਾਂ ਜਿਹੜੇ ਸੀਜ਼ਨ ਆਏ ਕਹਿੰਦੇ ਨਾ ਸੁਣਿਆ, ਉਦੋਂ ਬਾਅਦ ਮੈਨੂੰ ਪਤਾ ਲੱਗਿਆ ਬਿਗ ਬੋਸ ਦੇ ਸੀਜ਼ਨ ਹੁੰਦੇ ਆ ਸਾਲ ਸਾਲ ਬਾਅਦ। ਦੇਖੋ ਮੈਂ ਇੱਕ ਚੀਜ਼ ਬੋਲੀ ਸੀ, ਹਿੰਦੁਸਤਾਨ ਕੇ ਸਾਰੇ ਕ੍ਰੀਏਟਰ ਇੱਕ ਤਰਫ ਖੜੇ ਹੋ ਜਾਏ, ਮੇਰੇ ਪਾਸ ਇੱਕ ਮੇਰਾ ਭਾਈ ਅਕੇਲਾ, ਉਹ ਹੀ ਕਾਫੀ। ਸਹੀ ਗੱਲ ਹੈ, ਵਨ ਐਂਡ ਓਨਲੀ ਓਨਲੀ ਪੀਸ ਆ ਭਾਈ, ਔਰ ਜੈਨੂਇਨ। ਬਿਗ ਬੋਸ ਦੇ ਘਰ 'ਚ ਹੁਣ ਤੁਸੀਂ ਐਂ ਆਖਣਾ ਕਿ ਇਹਨੇ ਵੇਖਿਆ ਹੀ ਹੋਊਗਾ, ਕਿਉਂਕਿ ਮੈਨੂੰ ਸਾਰੀ ਸਟੋਰੀ ਪਤਾ ਨਾ। ਹੁਣ ਪੂਜਾ ਭੱਟ ਕਿਸੇ ਨੂੰ ਵਧੀਆ ਨਹੀਂ ਲੱਗਦੀ ਸੀ, ਕਿਸੇ ਨੂੰ ਨਹੀਂ ਵਧੀਆ ਲੱਗਦੀ ਸੀ, ਉਹਨੂੰ ਤਾਂ ਆਲੀਆ ਭੱਟ ਨੇ ਵੀ ਸਪੋਰਟ ਨਹੀਂ ਕੀਤੀ ਮੈਨੂੰ ਲੱਗਦਾ। ਅਤੇ ਇਹ ਇਕੱਲਾ ਬੰਦਾ ਹੀ ਹੁੰਦਾ ਸੀ ਜਿਹੜਾ ਉਹਦੇ ਨਾਲ ਖੇਡਦਾ ਸੀਗਾ, ਬੋਲਦਾ ਸੀ, ਜੋ ਮੁੱਦੇ 'ਤੇ ਗੱਲ ਕਰਦਾ ਸੀ, ਹੈ ਨਾ। ਵੇਖੀਆਂ ਮੈਂ ਜਦੋਂ ਸਿਗਮਾ ਵਾਲੀਆਂ ਰੀਲਾਂ ਵੀ ਮੂਹਰੇ ਲਾ ਕੇ ਬੋਲਦੇ ਹੁੰਦੇ ਆ, ਸੋ ਨਾਈਸ ਸੀ ਕੰਮ ਯਾਰ ਇਹਦਾ। आप हो तो हम हैं, आपके वजह से ही हम हैं। और ज्यादा नहीं हो रहा ये कुछ अब अभी मिलके ये दो महीने का। चलो वैसे कमाल दी गल है ना, सौरव जोशी ने तो एदे नाल छड्डो, एदी मम्मी दे घरे रोटी भी खाधी हुई है, मतलब एदी मम्मी दे हत्थों रोटी खाधी, फिर भी वो कहंदा अपने भाई को समोस करो, सपोर्ट करो, सिस्टम हैंग करना है, कहंदा ਕਿੱਦਾਂ ਦੇ। ਵੈਸੇ ਜਿੰਨੇ ਕ੍ਰੀਏਟਰ ਨਾ ਸਾਰਿਆਂ ਦੀ ਔਕਾਤ ਪਤਾ ਲੱਗ ਗਈ ਸਹੀ ਮਾਇਨੇ 'ਚ। ਮੈਂ ਨਹੀਂ ਆਖਦਾ ਕਿ ਤੁਹਾਡੀ ਕਿਹਦੇ ਨਾਲ ਬਣਦੀ ਕਿਹਦੇ ਨਾਲ ਨਹੀਂ ਬਣਦੀ, ਪਰ ਸਟੈਂਡ ਨਹੀਂ ਲਿਆ ਕਿਸੇ ਨੇ ਸਟੇਟਰ ਕ੍ਰੀਏਟਰ ਨੇ। ਇੱਦੋਂ ਚੰਗਾ ਯਾਰ ਮੈਂ ਆਖਣਾ, ਮੇਰਾ ਇੱਧਰ ਵੀ ਬੇਲੀ ਹੈ, ਇੱਧਰ ਵੀ ਬੇਲੀ ਹੈ, ਅਤੇ ਮੈਂ ਆਖਾਂ ਯਾਰ ਦੋਨਾਂ ਨੂੰ ਸਪੋਰਟ ਕਰੋ, ਪਰ ਮੈਂ ਉਹਦੀ ਪਹਿਲਾਂ ਸਟੋਰੀ ਜਾਂ ਇਹਦੀ ਪਹਿਲਾਂ ਨਹੀਂ ਲਾਉਣੀ। ਅਗਲਾ ਆਖੇ ਯਾਰ ਤੂੰ ਪਹਿਲਾਂ ਉਹਦੀ ਪਾਤੀ, ਬਾਅਦ 'ਚ ਮੇਰੀ ਸਟੋਰੀ ਪਾਤੀ, ਜਾਂ ਦੋਨਾਂ ਨੂੰ ਸਪੋਰਟ ਕਰੋ ਹੀ ਨਾ ਯਾਰ, ਵੀ ਤੁਸੀਂ ਆਪੇ ਵੋਟ ਕਰ ਦਿਉ ਆਪਦੇ ਹਿਸਾਬ ਨਾਲ, ਜਿਹੜਾ ਤੁਹਾਨੂੰ ਵਧੀਆ ਲੱਗਦਾ। ਮੈਂ ਤਾਂ ਆਪਦੇ ਹਿਸਾਬ ਨਾਲ ਵੋਟ ਕਰਤੀ, ਜਿਹੜੇ ਮੇਰੇ ਭਰਾ ਨੂੰ ਕਰਨੀ ਆ ਨਾ,
ਉਹ ਸਭ ਹੋ ਸਕਦਾ ਸੀ ਪਰ ਦਿਖੀ ਜਾਂਦਾ ਸੀ ਸਭ ਇਹ ਹਸਪੀਟਲ ਮੇ ਲੇਟੇ ਲੇਟੇ ਪਰੇਸ਼ਾਨ ਹੋ ਚੁੱਕਾ ਹੈ ਇਸਨੇ ਸੋਚਾ ਥਾ ਬਿਗ ਬੋਸ ਖਤਮ ਹੋਏਗਾ ਤੋ ਆਰਾਮ ਸੇ ਘਰ ਜਾਊਂਗਾ ਬੜੀ ਸੁਖ ਸ਼ਾਂਤੀ ਵਾਲੀ ਵੈਸੇ ਇੱਕ ਹੋਰ ਗੱਲ ਆਂਟੀ ਦੇ ਮੂੰਹ ਤੇ ਵੀ ਦਿਖਦਾ ਪਿਆ ਸੀ ਹਨਾ ਸੈਡਨੈਸ ਮਤਲਬ ਵੀ ਸੈਡਨੈਸ ਟਾਈਪ ਬਾਕੀ ਪਤਾ ਲੱਗਦਾ ਸੀ ਵੀ ਜ਼ਿੰਦਗੀ ਬਿਤਾਉਂਗਾ ਮੈਂ ਲੇਕਿਨ ਇਸਕੋ ਕਿਆ ਪਤਾ ਥਾ ਕਿ ਇਹ ਬਿਮਾਰ ਹੋ ਕੇ ਹਸਪੀਟਲ ਮੇ ਆ ਜਾਏਗਾ ਵਹਾਂ ਵੀ ਇੱਕ ਜੇਲ ਥੀ ਇੱਕ ਯਹਾਂ ਪੇ ਜੇਲ ਹੈ ਕੋਈ ਗੱਲ ਨਹੀਂ ਰੱਬ ਦੇ ਰੰਗ ਹੈ ਵੀ ਹੋਰ ਇਨ ਕੁਐਸਚਨ ਆ ਰਹਾ ਹੈ ਮੇਰੇ ਸਾਹਮਣੇ ਪਰ ਮੈਂ ਇੱਕ ਚੀਜ਼ ਵੇਖੀ ਹੈ ਜਿਹੜਾ ਬੰਦਾ ਬਿਗ ਬੋਸ ਜਿੱਤਦਾ ਉਹਨੂੰ ਇੱਕ 15-20 ਦਿਨ ਜਾਂ 10 ਦਿਨ ਵੈਲਿਊ ਮਿਲਦੀ ਹੈ ਹਨਾ ਪਰ ਜਿਹੜਾ ਬੰਦਾ ਸੈਕਿੰਡ ਹੁੰਦਾ ਨਾ ਉਹਨੂੰ ਹਮੇਸ਼ਾ ਵੈਲਿਊ ਮਿਲਦੀ ਅਤੇ ਕੰਮ ਵੀ ਬਥੇਰਾ ਮਿਲਦਾ ਅਤੇ ਨਾ ਵੀ ਜ਼ਿਆਦਾ ਚੱਲਦਾ ਮੈਂ ਇੱਕ ਚੀਜ਼ ਵੇਖੀ ਹੈ ਸੀਰੀਅਸਲੀ ਜਿੰਨੇ ਬੰਦੇ ਆਸਿਮ ਰਿਆਜ਼ ਸੀਗਾ ਉਹ ਕਹਿੰਦੇ ਡਿਜ਼ਰਵ ਕਰਦਾ ਪਰ ਉਹ ਬੰਦਾ ਚੱਲੀ ਜਾਂਦਾ ਜਿਵੇਂ ਹੋਰ ਵੀ ਬਥੇਰੇ ਲਾ ਲਓ ਮਤਲਬ ਜਿਹੜਾ ਇਹ ਨਹੀਂ ਕਹਿੰਦਾ ਕਿ ਜਿਹੜਾ ਵਿਨਰ ਉਹ ਚੱਲੂਗਾ ਨਹੀਂ ਚੱਲੂਗਾ ਪਰ ਜਿਹੜਾ ਫਸਟ ਵਾਲਾ ਬੰਦਾ ਉਹ ਸੈਕਿੰਡ ਵਾਲਾ ਬੰਦਾ ਉਹ ਹਮੇਸ਼ਾ ਜ਼ਿਆਦਾ ਥੋੜ੍ਹਾ ਜਿਹਾ ਸੋਬਰ ਜਾਂਦਾ और चौथी यहाँ पर थी चार ड्रिप्स और कम से कम 15 बोतलें लग चुकी हैं 15 बॉटल तो वो मेरे को वहीं पर मैं उनको बता देता हूँ देखो लड़को दोस्तों प्यारो भाई बहनों और गर्लफ्रेंड बॉयफ्रेंड्स और जो भी मुझे प्यार करते हैं ये एक हमारा चैनल है डिंपल मिलन व्लॉग्स जहाँ पर हमारी फैमिली की गुफ्तगू प्यारी प्यारी चीजें आपको देखने को मिलेगी कि हम जिंदगी में क्या करते हैं तो आप अच्छा। हमारी फैमिली को फॉलो करो हम यहाँ भी बिग बॉस खेलते हैं चलो बिग बॉस देखो जहाँ पर पापा है बिग बॉस और हम ਚੰਗੀਆਂ ਬੋਤਲਾਂ ਲੱਗੀਆਂ ਮੈਂ ਸੁਣਿਆ ਤੇ ਚੰਗਾ ਹੀ ਬਿਮਾਰ ਹੋਇਆ ਟੈਨਸ਼ਨ ਲੈ ਗਿਆ ਸੀ ਨਾ ਇੱਕ ਇਹ ਹੌਸਲਾ ਛੱਡ ਗਿਆ ਸੀ ਇੱਕ ਨੂੰ ਪਤਾ ਲੱਗ ਗਿਆ ਸੀ ਮੈਂ ਨਹੀਂ ਜਿੱਦਾਂ ਹੁਣ ਬਾਕੀ ਕੰਮ ਰੋਂਗ ਹੋਇਆ ਪਿਆ ਉਹ ਜਿਹੜੇ ਬਾਹਰੋਂ ਲੋਕ ਮਿਲਣ ਆਉਂਦੇ ਹੁੰਦੇ ਉਹ ਵੀ ਉਹਨੂੰ ਹਿੰਟ ਦੇ ਜਾਂਦੇ ਸੀ ਐਲਵਿਸ਼ ਨੂੰ ਹਨਾ ਕਿ ਤੂੰ ਨਹੀਂ ਜਿੱਤ ਸਕਦਾ ਮੈਂ ਵਲੋਗ ਵੇਖਿਆ ਟਰੈਵਲਿੰਗ ਦੇਸੀ ਵਾਲਾ ਮੈਂ ਪਹਿਲਾਂ ਵੀ ਵੇਖਦਾ ਹੁੰਦਾ ਸੀਗਾ ਇੱਕ ਹੋਰ ਬੰਦਾ ਸੀਗਾ ਜਿਹੜੇ ਕਾਰ ਜੀ ਲਈ ਹੈ ਨੀਵੀਂ ਜੀ ਸੋ ਉਹ ਵੀ ਬਾਕੀ ਯੂਟਿਊਬਰ ਬੜੇ ਨਾਰ ਰਲੇ ਹੋਏ ਸੀ ਉਹਨਾਂ ਦੇ ਤਾਂ ਯਾਰ ਪਰ ਇੰਨੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਬੰਦੇ ਨੂੰ ਇਹ ਤਾਂ ਬਾਹਲੀ ਟੈਨਸ਼ਨ ਲੈ ਗਿਆ ਸੀਗਾ ਟਰੋਫੀ ਦੇ ਚੱਕਰ 'ਚ ਹਨਾ ਸੋ ਤਾਂ ਇਹ ਬਿਮਾਰ ਹੋ ਗਿਆ ਵਿਚਾਰਾ ਚਾਹੇ ਡੇਂਗੂ ਸੀ ਪਰ ਅੰਦਰੋਂ ਦੀ ਝੋਰਾ ਵੀ ਖਾਈ ਜਾਂਦਾ ਬੰਦੇ ਨੂੰ ਸਹੀ ਭਾਸ਼ਾ 'ਚ ਹਨਾ ਬਿਗ ਬੋਸ ਚਲੋ ਇਹ ਬਿਗ ਬੋਸ ਪਹਿਲਾ ਬਿਗ ਬੋਸ ਹੈ ਜੋ ਖੁਦ ਹੀ ਖਰਾੜੇ ਮਾਰ ਕੇ ਸੋਚ ਸੋ ਠੀਕ ਹੈ ਤੁਮ ਸਮਝੋ ਅਬ ਬਿਗ ਬੋਸ ਇਸ਼ਾ ਵੀ ਮਿਲਣ ਆਈ ਸੀਗੀ ਆ ਜਾ ਅੰਦਰ ਆ ਜਾ ਚਲੋ ਇਹ ਇਹ ਸ਼ਨਾਜ਼ ਗਿੱਲ ਦੀ ਭੈਣ ਹਨਾ ਇਹਨੇ ਬਹੁਤ ਪੋਰੀਆਂ ਬਿਗ ਬੋਸ 'ਚ ਬੜੀ ਕੀ ਕਮਾਉਣ ਮੈਂ ਚਲੋ ਬਹੁਤ ਬੋਲਦੀ ਬਿਗ ਬੋਸ ਹਨਾ ਉਹ ਬਿਗ ਬੋਸ ਦਾ ਟ੍ਰੇਲਰ ਜਿਹਾ ਚੱਲਦਾ ਸੀ ਨਾ ਆਪ ਮੇਰੇ ਬਚਪਨ ਕਾ ਜਵਾਨੀ ਕਾ ਸਹਾੜਾ ਹੈ ਐਂ ਜੇ ਬੋਲਦੇ ਸੀ ਮਤਲਬ ਇਹ ਬਿਹਾਰੀ ਹੈ ਨਾ ਤੰਗ ਬਿਹਾਰ ਤੋਂ ਬੋਲਦੇ ਸੀ ਨਾ ਇਹ ਬੜਾ ਚੱਲਿਆ ਹੋਇਆ ਸੀ ਯੂਟਿਊਬ 'ਤੇ ਕਲਿੱਪ ਜੀ ਰੀਲਾਂ ਦੇ ਵੀ ਚੱਲਦੀ ਸੀ ਜਦੋਂ ਐਂਟਰ ਹੋਈ ਸੀਗੀ ਮੈਂ ਸੁਣਿਆ ਵਾਵਾ ਖੋਰੂ ਪੱਟਿਆ ਨੇ ਬਿਗ ਬੋਸ 'ਚ ਪਹਿਲੇ ਪੰਜਾਂ ਪੁੰਜਾਂ 'ਚੋਂ ਆਈ ਹੈ ਵੀ ਚਲੋ ਬਿਗ ਬੋਸ ਦਾ ਦੋ ਹਿਸਾਬ ਹੈ ਜ਼ਿੰਦਗੀ ਰੋਲ ਵੀ ਦਿੰਦਾ ਅਤੇ ਜ਼ਿੰਦਗੀ ਬਣਾ ਵੀ ਦਿੰਦਾ ਹੁਣ ਕਈ ਵਾਰੀ ਸਲਮਾਨ ਖਾਨਾ ਜਦੋਂ ਪੇਚਾ ਪੈਸੇ ਕਹੀਆਂ ਤਾਂ ਰੁਲ ਵੀ ਜਾਂਦੇ ਇੱਕ ਉਹ ਇੰਟਰਵਿਊ ਜੀ ਆਉਂਦੀ ਪਈ ਹੁੰਦੀ ਹੁਣ ਵੀ ਰੀਲ ਚੀਲ ਚੱਲਦੀ ਪਈ ਹੈ ਮੂਹਰੇ ਬੰਦਾ ਬੈਠਾ ਫੁੱਟਪਾਥ 'ਤੇ ਇੰਟਰਵਿਊ ਦੇ ਜਾਂਦਾ ਸਲਮਾਨ ਖਾਨ ਨੇ ਮੇਰੀ ਜ਼ਿੰਦਗੀ ਰੋਲ 'ਤੇ ਆਹ ਕਰਤਾ ਉਹ ਕਰਤਾ ਬਈ ਕੰਮ ਤਾਂ ਔਖਾ ਹੀ ਹੈ ਚਲੋ ਚਲੋ ਆਹ ਤਾਂ ਕੰਮ ਸਹੀ ਕਿਹਾ ਅੰਕਲ ਨੇ ਪਤਾ ਲੱਗਦਾ ਜਦੋਂ ਵੈਸੇ ਬਿਗ ਬੋਸ ਮੇਰੇ ਹਿਸਾਬ ਨਾਲ ਤਾਂ ਯਾਰ ਦੇਖੋ ਜੇ ਤਾਂ ਬੰਦਾ ਹੈਗਾ ਚਿੱਲ ਮੋਡ ਔਨ ਸਹੀ ਹੈ ਨਾ ਲਾਈਕ ਦਿਸ ਇਸ ਟਾਈਪ ਦਾ ਹੈ ਨਾ ਤਾਂ ਬਿਗ ਬੋਸ ਜਾਵੇ ਪਰ ਟਰੋਫੀ ਜਿੱਤਣ ਨਾ ਜਾਵੇ ਆਪਦੀ ਜ਼ਿੰਦਗੀ ਜਿਉਣ ਜਾਵੇ ਸਵਾਦ ਲੈਣ ਜਾਵੇ ਇਹ ਜੇ ਟਰੋਫੀ ਦੀ ਭੁੱਖ ਨੇ ਬੈਠਾ ਰਹੂਗਾ ਤਾਂ ਕਿਤੇ ਹੋਰ ਨੂੰ ਮਿਲੀ ਫਿਰ ਤਾਂ ਜਲਸੀ ਫੀਲ ਹੋਊਗੀ ਚਾਹੇ ਆਪਦਾ ਕਿਉਂ ਨਾ ਸਾਕਾ ਕੋਈ ਹੋਵੇ ਹੈ ਨਾ ਸੋ ਇਹਨੂੰ ਵਿਚਾਰੇ ਨੂੰ ਇਹੀ ਹੋਇਆ ਪਰ ਇਹ ਖੇਡੀ ਵੀ ਜਾਂਦਾ ਸੀਗਾ ਨਾ ਇਹ ਡਿਜ਼ਰਵ ਵੀ ਕਰਦਾ ਸੀ ਪਰ ਸਾਰੇ ਇਹਦੇ ਐਂਟੀ ਹੋਈ ਗਏ ਰੋਲਾ ਪਈ ਗਿਆ ਕੁਛ ਪਹਿਲਾਂ ਫੋਲੋਇੰਗ ਜ਼ਿਆਦਾ ਲੈ ਕੇ ਆ ਗਿਆ ਸੀ ਹੋਇਆ ਹੋਣਾ ਕੋਈ ਲੱਲਾ ਭੱਬ ਵਿੱਚ ਹੀ ਪਰ ਜੇ ਬਿਗ ਬੋਸ ਦੇ ਹਿਸਾਬ ਨਾਲ ਜਨਤਾ ਨੇ ਜਿਤਾਇਆ ਨਾ ਜੇ ਬਿਗ ਬੋਸ ਦੇ ਹਿਸਾਬ ਨਾਲ ਹੁੰਦਾ ਫਿਰ ਤਾਂ ਇਹੀ ਜਿੱਤਦਾ ਕੋਈ ਗੱਲ ਨਹੀਂ ਤੂੰ ਵੀ ਵਿਨਰ ਰਹੀ ਹੈ ਭਰਾਵਾ ਕੋਈ ਵੱਡੀ ਗੱਲ ਨਹੀਂ ਐਡੀ ਸੋ ਇਹ ਸੀ ਬਿਗ ਬੋਸ ਦੀਆਂ ਗੱਲਾਂ ਅੱਜ ਦੀਆਂ ਅਤੇ ਵੇਖਾਂਗੇ ਯਾਰ ਅਗਲਾ ਸੀਜ਼ਨ ਕਾਫੀ ਕੁੱਤ ਕਲੇਸ਼ ਪੈਂਦਾ ਆਪਦੇ ਸਵਾਦ ਨੂੰ ਨਹੀਂ ਵੇਖਣਾ ਰੋਮਾਂਚਿਕ ਕਰਨਾ ਨਾ ਫਿਰ ਕਿਉਂਕਿ ਹੁਣ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਮੈਂ ਜਿੰਨੀ ਕੁ ਸਟੋਰੀ ਸੁਣੀ ਉੰਨੀ ਕੁ ਦੱਸਤੀ ਪਰ ਮੇਰੇ ਹਿਸਾਬ ਨਾਲ ਤਾਂ ਸਹੀ ਸੀਗਾ ਪਰ ਪੂਜਾ ਭੱਟ ਕਿਸੇ ਨੂੰ ਨਹੀਂ ਪਸੰਦ ਨਹੀਂ ਸੀ ਚੱਕਰ ਕੀ ਸੀ ਕਹਿੰਦੇ ਉਹ ਲਹੂ ਪੀ ਰੱਖਦੀ ਸਾਰਿਆਂ ਦਾ ਹੀ ਹਰੇਕ ਨਾਲ ਲੜਦੀ ਰਹਿੰਦੀ ਸੀ ਜਾਂ ਬਈ
ਘੜਦੀ ਵੱਡੀਆਂ ਮੰਮੀ ਵਾਂਗੂ ਕਰਦੀ ਸੀ ਉਹ। ਸੋ ਇਹ ਸੀਗਾ ਅੱਜ ਦਾ ਗੱਲਾਂ ਬਾਤਾਂ ਰੋਮਾਂਚਿਕ ਪ੍ਰੋਗਰਾਮ, ਗੈਟ ਵੈਲ ਸੂਨ ਬ੍ਰੋ ਬ੍ਰੋ, ਤਾਂ ਤੂੰ ਕਿੱਥੋਂ ਵੇਖਦਾ ਹੋਇਆ ਮੇਰੇ ਰੋਮਾਂਚਿਕ ਪ੍ਰੋਗਰਾਮ। ਸੋ ਬਾਏ, ਮਿਲਦੇ ਹਾਂ ਫਿਰ ਅਗਲੇ ਗੱਲਾਂ ਬਾਤਾਂ ਦੇ ਪ੍ਰੋਗਰਾਮ 'ਚ। ਤੂੰ ਵੀ ਵਿਨਰ ਰਹੀ ਆ ਭਰਾਵਾ, ਕੋਈ ਚੱਕਰ ਵਾਲੀ ਗੱਲ ਨਹੀਂ, ਅਤੇ ਮੱਖ ਲੜਿਆ ਸੀ ਤੇਰੇ, ਜਲਦੀ ਪਹੁੰਚੇਗਾ ਦਿੱਲੀ ਤੋਂ, ਠੀਕ ਤੇਰੀਆਂ ਵੀਡੀਓ। ਇਹ ਮਿਸਟਰ ਬੀਸਟ ਵੀ ਕਹਿੰਦੇ ਸੱਚ ਨੂੰ ਇੰਡੀਆ ਦਾ ਪੈਸੇ ਪਏ, ਵਾਹ ਫੁਕਦਾ ਉਹਦੀ ਵੀਡੀਓ 'ਤੇ, ਮੈਂ ਸੁਣਿਆ ਇਹ ਰੋਮਾਂਚਿਕ ਪ੍ਰੋਗਰਾਮ ਦੇ ਵਿੱਚ। ਬਾਏ, ਮਿਲਦੇ ਹਾਂ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਿਕ ਪ੍ਰੋਗਰਾਮ 'ਚ। ਪਰ ਕਮਿਊਨਿਟੀ 'ਚ ਟਰੋਫੀ ਤਾਂ ਆ ਗਈ, ਪਰ ਦਿਲੋਂ ਗੱਲ ਹੈ ਵੀ ਕਮਿਊਨਿਟੀ ਟੁੱਟ ਬੜੀ ਗਈ ਸਾਲੀ, ਵੰਡੇ ਗਏ ਆਪਸ 'ਚ, ਕਿਉਂਕਿ ਹਰੇਕ ਯੂਟਿਊਬਰ ਦੀ ਤਾਕਾਤ ਪਤਾ ਲੱਗ ਗਈ ਵੀ ਕਿਹਨੂੰ ਅੰਦਰੋਂ ਸਪੋਰਟ ਕਰਦਾ ਅਤੇ ਕਿਹਨੂੰ ਦਿਲੋਂ ਕਰਦਾ ਸੀ। ਬੜੇ ਵੱਡੇ ਵੱਡੇ ਯੂਟਿਊਬਰ, ਸੌਰਵ ਜੋਸ਼ੀ ਵਰਗਾ ਯਾਰ ਨਿਕਲਿਆ ਇਹੋ ਜਿਹਾ, ਆਏ ਹਾਏ, ਜਿੱਥੇ ਖਾ ਲਿਆ ਉੱਥੇ ਸਪੋਰਟ ਕਰਿਆ ਕਰੋ, ਫਰੈਂਡ ਨੇ ਵੇਖਿਆ ਕਰੋ ਕਿ ਹਾਰੂਗਾ, ਇਹਨਾਂ ਨੂੰ ਸਾਰਿਆਂ ਨੂੰ ਦਿਸੀ ਜਾਂਦਾ ਸੀ ਵੀ ਜਿੱਤਣਾ ਅਤੇ ਉਹਨੂੰ ਜਿੱਤ ਵਾਲੇ ਪਾਸੇ ਹੀ ਹੋ ਗਏ ਸਾਰੇ ਜਣੇ ਫਿਰ। ਅਤੇ ਹਰੇਕ ਕਈ ਯੂਟਿਊਬਰ ਇੱਦਾਂ ਸੀ ਜਿਨ੍ਹਾਂ ਕੋਲ ਦੋਨਾਂ ਦੇ ਵਲੋਗ ਸੀ, ਦੋਨਾਂ ਦੋਨਾਂ ਦੀ ਫੋਟੋਆਂ ਸੀ। ਕੋਈ ਗੱਲ ਨਹੀਂ, ਜਿਹੜਾ ਜਿੱਤੇ ਉਹਨੂੰ ਵਧਾਈਆਂ ਦੇ ਦਾਂਗੇ, ਹਾਰਿਆਂ ਨੂੰ ਤਾਂ ਗੈਟ ਵੈਲ ਸੂਨ ਵੀ ਨਹੀਂ ਆਖਿਆ ਕਿਸੇ ਨੇ। ਚਲੋ, ਰੋਮਾਂਚਿਕ ਪ੍ਰੋਗਰਾਮ 'ਚ ਮਿਲਦੇ ਹਾਂ। ਸਬਸਕ੍ਰਾਈਬ ਕਰਕੇ ਜਾਇਆ ਕਰੋ ਚੈਨਲ ਨੂੰ ਯਾਰ, ਸਬਸਕ੍ਰਾਈਬ ਕਰਕੇ ਨਹੀਂ ਜਾਂਦੇ ਯਾਰ, ਦੱਸ।